ਆਹ ਦੋਸਤੋ ਇੰਡੀਅਨ ਆਰਡੀਨੈਂਸ ਫੈਕਟਰੀ ਦੀ 12 ਬੋਰ ਦਾ ਆਹ ਫਾਇਰ ਆ, ਤੁਸੀਂ ਦੇਖੋ 55 mm 30 gram ਸਪੈਸ਼ਲ ਲਿਖਿਆ ਹੋਇਆ ਇਹਦੇ ਉੱਤੇ, ਅਤੇ ਇਹ ਤੁਸੀਂ ਦੇਖ ਲਓ ਆਹ ਭਾਰਤ ਦੇਸ਼ ਦੇ ਕਿਸਾਨ ਜਿਹੜੇ ਅੰਨਦਾਤਾ ਘੁਮਾਉਂਦੇ ਆ ਉਹਨਾਂ ਉੱਤੇ ਆਹ 12 ਬੋਰ ਦੇ ਫਾਇਰ ਆ ਜਿਹੜੇ ਉਹਨਾਂ ਦਾ ਫਾਇਰ ਖੋਲ ਰਿਹਾ ਸਿੱਧਾ ਡਾਇਰੈਕਟ ਕਿਸਾਨਾਂ 'ਤੇ। ਆਹ ਦੇਖੋ ਜੀ ਆਹ ਇਹਦੇ 'ਚ ਕੈਮੀਕਲ ਡੁੱਲ ਵੀ ਰਿਹਾ ਥੱਲੇ, ਆਹ ਅਥਰੂ ਗੈਸ ਵਾਲਾ, ਅਤੇ ਜਦੋਂ ਇਹ ਆਉਂਦਾ ਇਹ ਗੋਲੀ ਵਾਂਗੂ ਆਉਂਦਾ ਜਿਹਦੇ ਵੱਜੇ ਲੱਤ ਬਾਂਹ ਦੀ ਤੋੜਨ ਦੀ ਪੱਕੀ ਗਰੰਟੀ ਆ। ਫਿਰ ਆਹ ਕਿੱਲ ਸਾਡੇ ਉੱਤੇ ਗੱਡੇ ਗਏ ਸੀ, ਆਹ ਕਿੱਲ ਗੱਡੇ ਸੀ ਜਿਹੜੇ ਕਿਸਾਨਾਂ ਨੇ ਸਾਰੇ ਪੱਟ ਲਏ ਇਹਦਾ। ਅਤੇ ਸਭ ਤੋਂ ਵੱਡੀ ਗੱਲ ਫਿਰ ਆਹ ਤੀਜੀ ਦੇਖੋ, ਆਹ ਰੋਕਟ ਲਾਂਚਰ ਸਾਡੇ 'ਤੇ ਲਾਂਚ ਕੀਤਾ ਗਿਆ, ਦੇਖੋ ਜੀ ਆਹ ਸਿਵਿਲੀਅਨ ਆ ਅਤੇ ਆਹ ਕਰ ਰਹੇ ਆ। ਕੌਣ ਜਵਾਬ ਦੇ ਇਹਨਾਂ ਦਾ ਦੱਸੋ? ਅਗਲਾ ਕਹਿੰਦਾ ਕਾਨੂੰਨ ਦਾ ਰਾਜ ਆ, ਇੱਥੇ ਡੈਮੋਕ੍ਰੇਸੀ ਆ। ਕਿਹੜੀ ਡੈਮੋਕ੍ਰੇਸੀ ਆ ਬਾਈ? ਆਹ ਮਾਰਦੇ ਆਪਦੇ, ਆਹ ਤਾਂ ਖਾਲੀ ਵੀ ਵੱਜ ਜੇ ਨਾ ਇਕੱਲਾ ਕਿਸੇ ਦੇ, ਅਤੇ ਬੰਦਾ ਕਿਉਂ ਨਾ ਮਰੇਗਾ ਯਾਰ ਜਿਹਦੇ ਵੱਜਿਆ। ਦੱਸੋ ਅੱਜ ਜੋ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਹੋਊਗੀ ਜਾਂ ਸਰਕਾਰ ਨਾਲ ਹੋਊਗੀ, ਸਾਡੇ ਆਗੂ ਆ ਉੱਥੇ ਰੱਖਣਗੇ। ਸ਼ਰਿਆਂ ਦੇ ਭਰੇ ਹੋਏ ਵੀ ਸੀਗੇ ਵੀ ਜਿਹੜੇ ਇਕੱਲੇ ਸ਼ਰਿਆਂ ਨਾਲ ਭਰ ਕੇ ਲੋਕ, ਘੱਟੋ ਘੱਟ ਵੀ 200 ਕਿਸਾਨ ਸਾਡਾ ਜ਼ਖਮੀ ਹੋ ਚੁੱਕਿਆ ਤੋਂ ਪਹਿਲਾਂ, ਕਈ ਤਾਂ ਸੀਰੀਅਸ ਆ, ਰਜਿੰਦਰਾ ਹੋਸਪਿਟਲ ਪਟਿਆਲੇ ਰੈਫਰ ਕਰਦੇ ਆ, ਬਹੁਤ ਸੀਰੀਅਸ ਆ, ਗਲਿਆਂ 'ਚ ਵਿੱਚ ਕਈ ਬੰਦਿਆਂ ਦੇ ਸੋਜਾਂ ਆ ਗਈਆਂ। ਅਤੇ ਬਾਈ ਆਹ ਜਿਹੜਾ ਧੂੰਆਂ, ਮਤਲਬ ਕਿ ਮੈਂ ਬੋਲਣਾ ਵੀ ਨਹੀਂ ਚਾਹੁੰਦਾ, ਜਦੋਂ ਅੰਦਰ ਜਾਂਦਾ ਨਾ ਅਤੇ ਫਲੱਸ ਜਦੋਂ ਜਾਂਦੇ ਉਦੋਂ ਵੀ ਥਾਂ ਮੱਚਦਾ, ਐਡਾ ਪਤਾ ਨਹੀਂ ਕਿੰਨਾ ਕੁ ਕਹਿੰਦਾ ਇਹ ਚੀਜ਼।